ਡੇਲੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਸੂਬੇ ਭਰ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਜੀ। ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈੱਲ ਆਇਕਨ ਦਬਣਾ ਵੀ ਨਾ ਭੁੱਲਣਾ। ਹਾਂਜੀ, ਦਿਨ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦੋ ਮਸ਼ਹੂਰ ਅਦਾਕਾਰ ਦੇ ਵਪਾਰ ਵਿੱਚ ਗ੍ਰਿਫਤਾਰ, ਦੋ ਦੋ ਲੱਖ ਵਿੱਚ ਕਰਦੀਆਂ ਸਨ ਸੌਦਾ ਤੈਅ। ਹਾਂਜੀ, ਦੱਸਦੀ ਹੈ ਕਿ ਤਾਲਾਬੰਦੀ ਵਿੱਚ ਕੰਮ ਨਾ ਹੋਣ ਕਾਰਨ ਦੋ ਅਦਾਕਾਰ ਦੇ ਵਪਾਰ ਦੇ ਧੰਦੇ ਵਿੱਚ ਸ਼ਾਮਲ ਹੋ ਗਈਆਂ ਸਨ। ਮੁੰਬਈ ਦੇ ਨਾਲ ਲੱਗਦੇ ਥਾਣੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਅਪਾਰਟਮੈਂਟ ਉੱਤੇ ਛਾਪਾ ਮਾਰ ਕੇ ਇਹ ਹਵਾਈ ਯਾਨੀ ਕਿ ਹਾਈ ਪ੍ਰੋਫਾਈਲ ਸੈਕਸ ਰੈਕਟ ਦਾ ਪਰਦਾ ਫਾਸ਼ ਕੀਤਾ ਹੈ ਜੀ। ਹਾਂਜੀ, ਦੱਸਦੀ ਹੈ ਕਿ ਪੁਲਿਸ ਨੇ ਕਾਰੋਬਾਰ ਵਿੱਚ ਸ਼ਾਮਲ ਦੋ ਅਦਾਕਾਰ ਨੂੰ ਗ੍ਰਿਫਤਾਰ ਕੀਤਾ ਹੈ। ਥਾਣੇ ਕ੍ਰਾਈਮ ਬ੍ਰਾਂਚ ਦੀ ਯੂਨਿਟ 1 ਦੀ ਟੀਮ ਨੇ ਬੁੱਧਵਾਰ ਦੁਪਹਿਰ ਨੂੰ ਥਾਣੇ ਵਿੱਚ ਪੈਚਪ ਖਾਦੀ ਖੇਤਰ ਵਿੱਚ ਇੱਕ ਘਰ 'ਤੇ ਛਾਪਾ ਮਾਰ ਕੇ ਸੈਕਸ ਰੈਕਟ ਦਾ ਪਰਦਾ ਫਾਸ਼ ਕੀਤਾ ਹੈ ਜੀ। ਪੁਲਿਸ ਨੇ ਮੌਕੇ ਤੋਂ ਦੋ ਅਦਾਕਾਰ, ਦੋ ਮਹਿਲਾ ਏਜੰਟ ਅਤੇ ਇੱਕ ਮਰਦ ਦਲਾਲ ਸਣੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਂਜੀ, ਦੱਸ ਦਈਏ ਕਿ ਉੱਚ ਅਧਿਕਾਰੀ ਨੇ ਦੱਸਿਆ ਕਿ ਇੱਕ ਇਤਲਾਹ ਦੇ ਆਧਾਰ ਉੱਤੇ ਯੂਨਿਟ 1 ਦੀ ਟੀਮ ਨੇ ਅਪਾਰਟਮੈਂਟ ਉੱਤੇ ਛਾਪਾ ਮਾਰਿਆ ਅਤੇ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਂਜੀ, ਦੱਸਣਯੋਗ ਹੈ ਕਿ ਤਾਲਾਬੰਦੀ ਕਾਰਨ ਫਿਲਮ ਅਤੇ ਟੀਵੀ ਇੰਡਸਟਰੀਆਂ ਪੂਰੀ ਤਰ੍ਹਾਂ ਖੜੋਤ ਆ ਗਈਆਂ ਹਨ ਅਤੇ ਅਜਿਹੀ ਸਥਿਤੀ ਵਿੱਚ ਕਲਾਕਾਰਾਂ ਲਈ ਕੋਈ ਕੰਮ ਦੀ ਘੱਟ ਪੈ ਰਿਹਾ ਸੀ। ਹਾਂਜੀ, ਇਹ ਤੁਹਾਨੂੰ ਸਾਡੀ ਖਬਰ ਕਿੱਦਾਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਇਹ ਸਾਨੂੰ ਦਿਓ ਇਜਾਜ਼ਤ। ਧੰਨਵਾਦ।